ਹਾਂਜੀ ਪਿਆਰੇ ਕਿਸਾਨ ਵੀਰੋ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਸਵਾਗਤ ਆ ਤੁਹਾਡਾ ਆਪਣੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜੇ ਮੇਰੇ ਭਰਾ ਤੇ ਭੈਣ ਪਹਿਲੀ ਵਾਲੇ ਚੈਨਲ ਤੇ ਆਏ ਨੇ, ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦਬਾ ਲਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ। ਜਿਹੜੀ ਆਪਣੀ ਅੱਜ ਦੀ ਵੀਡੀਓ ਆ, ਇਹ ਹੈਗੀ ਆ ਗੁਰਵਾਜ ਦੇ ਸੁਪਰ ਸੀਡਰ ਤੇ। ਆਪਾਂ ਨੇ ਪਿਛਲੇ ਸਾਲ ਸੁਪਰ ਸੀਡਰ ਲਿਆ ਸੀ, ਤੁਹਾਨੂੰ ਪਤਾ ਹੀ ਹੈ, ਪਹਿਲਾਂ ਵੀ ਤੁਹਾਨੂੰ ਵੀਡੀਓ ਕਾਫੀ ਦੇਖੀਆਂ ਨੇ। ਜਿਹੜੀ ਆਪਣੀ ਅੱਜ ਦੀ ਵੀਡੀਓ ਆ, ਇਹ ਆਪਾਂ ਨੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਕਿਉਂਕਿ ਜੇਕਰ ਕੋਈ ਵੀਰ ਸੁਪਰ ਸੀਡਰ ਲੈਂਦਾ ਹੈ ਤਾਂ ਉਹਨੂੰ ਪਤਾ ਚੱਲ ਸਕੇ ਜਿਹੜੇ ਇਹਦੇ ਵਿੱਚ ਕੁਝ ਕਮੀਆਂ ਆਈਆਂ ਨੇ। ਆਪਾਂ 2 ਸਾਲ ਪਹਿਲੇ ਵਾਰ 100 ਕਿੱਲਾ ਬੀਜੀ ਹੈ, ਐਤਕੀ ਵੀ 150 ਕਿੱਲਾ ਲਗਭਗ ਬੀਜ ਚੁੱਕੇ ਹਾਂ। ਸਭ ਤੋਂ ਜਿਹੜੀ ਇਹਦੀ ਬੜੀ ਦਿੱਕਤ ਆ ਗੁਰਵਾਜ ਦੇ ਸੁਪਰ ਸੀਡਰ ਦੇ ਵਿੱਚ, ਇਹਦਾ ਟਰੈਕਟਰ ਦਾ ਜ਼ੋਰ ਬਹੁਤ ਲੈਂਦਾ ਹੈ। ਇਹਦੇ ਵਿੱਚ ਪਹਿਲਾਂ 17-18 ਗਰਾਰੀਆਂ ਤੀਆਂ, ਆਮ ਤੁਹਾਨੂੰ ਪਤਾ ਆਪਣੇ ਲਗਭਗ ਸਾਰੇ ਟਰੈਕਟਰਾਂ 'ਤੇ 17-18 ਗਰਾਰੀਆਂ ਚੱਲਦੀਆਂ ਨੇ। ਇਹਨੇ ਪਿੱਛੇ ਤੁਹਾਨੂੰ ਪਤਾ ਹੀ, ਆਪਾਂ ਤੁਹਾਨੂੰ ਦੱਸਿਆ ਹੋਊਗਾ ਵੀਡੀਓ ਦੇ ਵਿੱਚ, ਆਪਾਂ ਤੁਹਾਨੂੰ ਆਪਣੇ ਪੁਰਾਣੇ ਵੀਡੀਓ ਜਿਹੜੇ ਜਿਹੜੇ ਭਰਾਵਾਂ ਨੇ ਦੇਖੀਆਂ ਨੇ, ਉਹਨੂੰ ਆਪਾਂ ਨੂੰ ਪਤਾ ਪਿੱਛੇ ਆਪਣੇ 4 ਟਰੈਕਟਰ ਬਦਲੇ ਤੇ ਐਤਕੀ। ਖੈਰ ਆਪਾਂ ਨੂੰ ਟਰੈਕਟਰ ਤਾਂ ਚਲੋ ਰੱਬ ਦੀ ਕਿਰਪਾ ਨਾਲ ਨਹੀਂ ਬਦਲਣਾ ਪਿਆ, ਕਿਉਂਕਿ ਟਰੈਕਟਰ ਆਪਾਂ ਨੇ ਕੋਲ ਐਤਕੀ ਆਪਾਂ ਨੂੰ 963 ਮਿਲ ਗਿਆ, ਅਗਰ ਦੀ ਮੂਹਰੇ ਨੂੰ ਖਾ ਕੇ ਆ। ਤੁਹਾਨੂੰ ਪਤਾ ਹੀ ਵੀ 963 ਸੁਪਰ ਸੀਡਰ ਤੇ ਬੜਾ ਕਾਮਯਾਬ ਟਰੈਕਟਰ ਆ। ਆਪਾਂ ਨੇ ਜਦ ਸੁਪਰ ਸੀਡਰ ਐਤਕੀ ਮਤਲਬ ਜਿਹਦੇ ਟਰੈਕਟਰ ਟਰਾਈ ਪਰ ਲੈ ਕੇ ਆਉਂਦਾ ਏ, ਉਹਦੇ ਆਪਾਂ ਨੇ ਇਹਦੇ ਵਿੱਚ 17-18 ਗਰਾਰੀਆਂ ਪਵਾਤੀਆਂ। ਮਹਾਂ ਵੀ ਚਲੋ ਵੀ ਤੁਹਾਨੂੰ ਆਪਣਾ ਟਰੈਕਟਰ ਵਧੀਆ ਏ ਵੀ ਖੈਰ ਚੱਲੀ ਜਾਊਗਾ। ਪਰ ਹੁਣ ਤੁਸੀਂ ਆਪਾਂ ਦੇਖ ਸਕਦੇ ਹੋ ਵੀ ਜਿੰਨਾ ਆਪਣਾ ਸਵਰਾਜ 963 ਸੁਪਰ ਸੀਡਰ ਤੇ ਕਾਮਯਾਬ ਆ, ਤੁਹਾਨੂੰ ਕਹਿੰਦਾ ਵੀ ਖੈਰ ਉਹ ਟਰੈਕਟਰ ਇੰਨਾ ਸ਼ਾਇਦ ਨਾ ਹੋਵੇ। ਪਰ ਤੁਸੀਂ ਯਕੀਨ ਨਹੀਂ ਮੰਨੇਗੇ ਵੀ ਇਹਨੇ ਟਰੈਕਟਰ ਦਾ ਸੀਡ ਕੱਢਤਿਆ, ਲਗਭਗ 14 ਲੀਟਰ ਤੇਲ ਟਰੈਕਟਰ ਖਾਂਦਾ ਰਿਹਾ। ਪਹਿਲੇ ਆਪਾਂ ਨੇ 30 ਕਿੱਲੇ ਬੀਜੇ ਨੇ ਆਪਣਾ 17-18 ਗਰਾਰੀਆਂ ਦੇ ਨਾਲ। ਉਦੋਂ ਬਾਅਦ ਜਿਹੜੀ ਦਿੱਕਤ ਆਈ ਹੈ, ਬਾਕੀ ਪਿੱਛੇ ਵੀ ਆਪਣੇ ਲੈ ਆਏ, ਇਹਨੇ ਪਿੱਛੋਂ ਪਿਛਲੇ ਸੀਜ਼ਨ ਆਪਣੇ ਗੇਅਰ ਬਕਸ ਦੇ ਵਿੱਚੋਂ ਜਿਹੜੇ ਕਰਾਊਨ ਪਿਨੀਅਨ ਹੁੰਦੇ ਨੇ ਉਹ ਭੋਰਤੇ ਸੀ। ਐਤਕੀ ਇਹ ਮੂਹਰੇ ਤੋਂ ਮਤਲਬ ਵੀ ਸੀਡ ਲੀਕ ਕਰ ਦਿਆ ਕਰੇ, ਮਤਲਬ ਆਪਾਂ ਨੇ ਫਿਰ ਸੀਡ ਪਵਾ ਕੇ ਲੈ ਕੇ ਆਉਂਦੀ, ਲੋਕ ਲੋਕ ਵੀ ਪਵਾ ਕੇ ਲੈ ਕੇ ਆਉਂਦੇ, ਦੁਬਾਰਾ ਇਹਨੇ ਫਿਰ ਆਪਣਾ 10 ਕਿੱਲੇ ਬਜਾਏ ਫਿਰ ਉਹੀ ਕੰਮ ਕਰਤਾ। ਫਿਰ ਆਪਣਾ ਆਪਾਂ ਨੂੰ ਇਹਦੇ ਪਰ ਗੇਅਰ ਬਕਸਾ ਐਤਕੀ ਲਗਭਗ 28,000 ਰੁਪਇਆ ਪੱਲੋਂ ਪਾ ਕੇ ਜਿਹੜੇ ਗੇਅਰ ਬਕਸਾ ਲਾਇਆ। ਪਿਛਲੇ ਸੀਜ਼ਨ ਆਪਾਂ ਨੇ ਗੁਰਵਾਜ ਜਿਹੜੇ ਆਪਣੀ ਕੰਪਨੀਆਂ ਦੇ ਮਾਲਕ ਚਲੋ ਸਾਡੇ ਇਲਾਕੇ ਦੇ ਨੇ, ਖੈਰ ਆਪਾਂ ਬਰਾਜ ਤਾਂ ਨਹੀਂ ਕਰਨਾ ਚਾਹੁੰਦੇ, ਜੇਕਰ ਗੁਰਵਾਜ ਸਾਹਿਬ ਆਪਣੀ ਵੀਡੀਓ ਦੇਖਦੇ ਹੋਣ ਤਾਂ ਆਪਾਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਵੀ ਆਪਾਂ ਤੁਹਾਡੀ ਆਪਣੀ ਕੰਪਨੀ ਦੀ ਬਰਾਜ ਨਹੀਂ ਕਰਦੇ ਹੈਗੇ। ਪਰ ਜਿਹੜੀ ਦਿੱਕਤਾਂ ਆਉਂਦੀਆਂ ਨੇ ਤੁਹਾਨੂੰ ਪਤਾ ਹੈ, 5,000 ਰੁਪਏ ਦਾ 2 ਦਿਹਾੜੀਆਂ ਖੜਿਆ ਰਿਹਾ ਇਹ ਟਰੈਕਟਰ ਦਾ ਪਿਆ ਪੱਲੋਂ, 28,000 ਦਾ ਗੇਅਰ ਬਕਸਾ, ਲਗਭਗ 33,000 ਰੁਪਇਆ ਫਾਲਤੂ ਦਾ ਗਿਆ, ਤਾਂ ਦੁੱਖ ਤਾਂ ਲੱਗਦਾ ਹੀ ਆ ਬੰਦੇ ਦੇ। ਫਿਰ ਦੂਜੇ ਕੰਮ ਮਰੇ ਹੈ 10-10 ਕਿੱਲੇ, ਲਗਭਗ 2,500 ਦਾ ਰੇਟ ਆ, 50,000 ਰੁਪਇਆ ਉਹ ਲਾ ਲਓ, ਨਹੀਂ ਆਪਾਂ 20 ਕਿੱਲੇ ਹੋਰ ਬੀਜੇ 2 ਦਿਨ ਦੇ ਵਿੱਚ। ਇਹਦੇ ਵਿੱਚ ਆਪਾਂ ਨੇ ਤੁਹਾਨੂੰ ਦੱਸਾਂ ਵੀ ਆਪਾਂ ਨੇ ਪਿਛਲੇ ਵਾਰ ਇਹ ਕਰਾਊਨ ਪਿਨੀਅਨ ਭੋਰੇ ਆਏ ਨੇ, ਆਪਾਂ ਨੇ ਇਹਦਾ ਗਰੰਟੀ ਦੇ ਵਿੱਚ ਤਾ, ਆਪਾਂ ਨੇ ਕੰਪਨੀ ਦੇ ਮਾਲਕ ਨੂੰ ਕਿਹਾ ਵੀ ਇਹਨੂੰ ਗੇਅਰ ਬਕਸਾ ਬਦਲ ਕੇ ਆਪਣਾ ਇਹਦੇ ਪਰ ਨਵਾਂ ਲਾ ਦਿਓ, ਪਰ ਉਹਨੇ ਕਿਹਾ ਵੀ ਨਹੀਂ ਸਾਡੀ ਗਰੰਟੀ ਅਸੀਂ ਕੰਮ ਕਰਕੇ ਦੇਵਾਂਗੇ, ਜੇ ਨਾ ਚੱਲਿਆ ਦਵਾ ਤਾਂ ਦੁਬਾਰੇ ਲਾ ਦਾਂਗੇ। ਸਭ ਤੋਂ ਜਿਹੜੀ ਬੜੀ ਆ ਵੀ ਆਪਾਂ ਜਿਹੜੀ ਇਹਨਾਂ ਦੀ ਵੀਰੋ ਗੁਰਵਾਜ ਜਿਹੜੀ ਆਪਣੀ ਸੇਲ ਤੋਂ ਬਾਅਦ ਸਰਵਿਸ ਆ ਆਫਟਰ ਸੇਲ, ਉਹ ਇੰਨੀ ਕੁ ਬੇਕਾਰ ਆ, ਤੁਸੀਂ ਯਕੀਨ ਨਹੀਂ ਮੰਨੋਗੇ। ਆਪਾਂ ਨੂੰ 3 ਸਾਲ ਹੋ ਗਏ ਗੁਰਵਾਜ ਦੇ ਨਾਲ ਜੁੜੇ ਹੋਏ, ਜੇਕਰ ਕੋਈ ਮੇਰਾ ਵੀਰ ਲੈਣਾ ਚਾਹੁੰਦਾ ਏ ਤਾਂ ਆਪਣਾ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਓ ਕਿ ਬਾਅਦ ਦੇ ਵਿੱਚੋਂ ਜਦ ਤੱਕ ਤੁਹਾਡਾ ਗਰੰਟੀ ਦੇ ਵਿੱਚ ਆ ਜਦ ਤੱਕ ਤਾਂ ਚਲੋ ਮਾੜਾ ਮੋਟਾ ਤੁਹਾਡਾ ਦੇਖਣਗੇ, ਵੀ ਉਦੋਂ ਬਾਅਦ ਪਹਿਲੀ ਗੱਲ ਇੱਕ ਹਾਂ, ਇਹ ਖੇਤ ਦੇ ਵਿੱਚ ਆ ਕੇ ਕਦੇ ਵੀ ਨਹੀਂ ਤੁਹਾਡੇ ਕੋਲ ਆ ਕੇ ਇਹਨੂੰ ਚੈੱਕ ਕਰਨਗੇ। ਜੇਕਰ ਖੇਤ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਚੱਲਦੇ ਸੀਜ਼ਨ ਦੇ ਵਿੱਚ, ਮੰਨ ਲਓ ਵੀ ਤੁਸੀਂ 10-20 ਕਿਲੋਮੀਟਰ ਦੂਰ ਇੱਥੋਂ ਲੈ ਜਾਂਦੇ ਹੋ, ਤਾਂ ਤੁਹਾਡਾ ਖੇਤ ਦੇ ਵਿੱਚ ਨਹੀਂ ਆਉਂਗੇ, ਤੁਹਾਨੂੰ ਜਾਂ ਤਾਂ ਡੀਲਰ ਕੋਲ ਲਿਜਾਣਾ ਪਊਗਾ ਇਹ, ਜੇ ਤੁਸੀਂ ਡੀਲਰ ਤੋਂ ਖਰੀਦਦੇ ਹੋ, ਨਹੀਂ ਜੇ ਉਰੇ ਮਤਲਬ ਵੀ ਕੰਪਨੀ 'ਚੋਂ ਲੈ ਕੇ ਜਾਂਦੇ ਹੋ ਆ ਕੇ, ਤਾਂ ਤੁਹਾਨੂੰ ਕੰਪਨੀ ਦੇ ਵਿੱਚ ਲੈ ਕੇ ਆਉਣਾ ਪਊਗਾ, ਇਹ ਗੱਲਾਂ ਧਿਆਨ ਦੇ ਵਿੱਚ ਰੱਖਿਓ। ਬਾਕੀ
ਇਹਨਾਂ ਦੀ ਜਿਹੜੀ ਸਰਵਿਸ ਮਤਲਬ ਸਰਵਿਸ ਆ ਇਹ ਬਹੁਤ ਬੇਕਾਰ ਆ। ਬਾਕੀ ਇੱਕ ਲੋਡ ਤੁਹਾਨੂੰ ਮੈਂ ਦੱਸਾਂ ਬਹੁਤ ਜ਼ਿਆਦਾ ਲੈਂਦਾ, ਤੇਲ ਖਾਂਦਾ ਏ। ਇੱਕ ਜਿੰਨੇ ਮੇਰੇ ਵੀਰ ਸੁਪਰਸੀਡਰ ਲੈਣਾ ਚਾਹੁੰਦੇ ਨੇ ਤਾਂ ਜਿਹੜੇ ਇਹਦੇ ਮਤਲਬ ਜੀ ਤਵੀਆਂ ਨੇ ਇਹ ਲੈਣ ਤੋਂ ਬਾਅਦ ਰੁਕਣ ਦੀ ਬਹੁਤ ਪ੍ਰੋਬਲਮ ਆਉਂਦੀ ਆ, ਸਮੱਸਿਆ। ਇਹ ਤਵੀਆਂ ਰੁਕ ਜਾਂਦੀਆਂ ਨੇ। ਐਤਕੀ ਅਸੀਂ ਉੱਥੇ ਮਹੀਨਾ ਖੜਾ ਰੱਖਿਆ ਲਗਭਗ ਇਹਨਾਂ ਕੋਲ ਰਿਪੇਅਰ ਨੂੰ, ਇੱਕ ਮਹੀਨਾ ਪੂਰਾ ਛੱਡ ਕੇ ਰੱਖਿਆ, ਫਿਰ ਵੀ ਇਹ ਤਵੀਆਂ ਰੁਕੀ ਗਈਆਂ। ਅੱਧਿਆਂ ਤਵੇ ਦਾ ਅਸੀਂ ਖੋਲ ਕੇ ਆਪ ਬਾਸਲਾ ਬੁਸਲਾ ਪਾ ਕੇ ਗੀਤ ਗੁਰੂ ਸਾਫ਼ ਕਰੀਏ। ਬਾਕੀ ਇੱਕ ਜਿਹੜੀ ਸਭ ਤੋਂ ਬੜੀ ਪ੍ਰੋਬਲਮ ਆ ਤੁਹਾਨੂੰ ਮੈਂ ਦੱਸਾਂ, ਜਿਹੜਾ ਆਪਣਾ ਖਾਦ ਔਰ ਬੀਜ ਆ, ਜੇ ਆਪਾਂ ਇਹਨੂੰ ਮਤਲਬ ਜੇ ਆਪਾਂ 50 ਕਿਲੋ 'ਤੇ ਬੰਨਤਾ, ਜਿਵੇਂ ਰੇਹ ਆਪਾਂ ਨੇ 1.5 ਥੈਲੇ 'ਤੇ ਬੰਨਤਾ, ਇਹ ਕਦੇ ਵੀ ਸਹੀ ਨਹੀਂ ਪਾਊਗਾ। ਉਰੇ ਇਸ ਵਕਤ ਆਪਾਂ ਨੇ ਹੁਣ ਇਹ ਬੰਨਿਆ ਹੋਇਆ ਨਾਲ ਵੀ 12-13 ਕਿਲੋ ਦੇ, ਇੱਥੇ ਇਹ ਲਗਭਗ 10 ਕਿਲੋ ਬੀਜ ਘੱਟ ਪਾ ਰਿਹਾ। ਜੇ ਆਪਾਂ 65 ਕਿਲੋ 'ਤੇ ਬੰਨਾਂਗੇ ਤਾਂ 55 ਕਿਲੋ ਬੀਜ ਪਾਊਗਾ, ਜੇ 60 'ਤੇ ਬੰਨਾਂਗੇ ਤਾਂ 50 ਕਿਲੋ ਬੀਜ ਪਾਊਗਾ। ਇਹੀ ਕੰਮ ਰੇਹ ਦਾ ਹੈ। ਰੇਹ ਥੋੜ੍ਹਾ ਜਿਹਾ ਜੇ ਮਤਲਬ ਵੀ 70 ਕਿਲੋ 'ਤੇ ਬੰਨਦੇ ਤਾਂ 75 ਕਿਲੋ ਪਾਉਂਦਾ ਏ, ਕਈ ਵਾਰ ਹੋਰ ਵੱਧ ਘੱਟ ਕਰ ਦਿੰਦਾ ਏ। ਬਾਕੀ ਹੋਰ ਚਲੋ ਖੈਰ, ਬਾਕੀ ਇੱਧਰ ਚੈਨ ਵਾਲਾ ਆਪਣਾ ਇਹਦੇ ਵਿੱਚ ਖੈਰ ਕਦੇ ਕੋਈ ਦਿੱਕਤ ਨਹੀਂ ਆਈ, ਪਰਲੇ ਗੇੜ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਹੈਗੀ। ਆਪਾਂ ਬਾਕੀ ਹੋਰ ਜਿਹੜੇ ਖੂਬੀਆਂ ਚਲੋ ਉਹ ਵੀ ਦੱਸ ਦਿੰਦੇ ਹਾਂ। ਬਾਕੀ ਚਲੋ ਪਹਿਲੇ ਸੀਜ਼ਨ ਦੀਆਂ ਤਬੀਆਂ ਜਿਹੜੀਆਂ ਪੱਤੀਆਂ ਤੇ ਜਿਹੜੀਆਂ ਇਹ ਬਾਕੀ ਬਹੁਤ ਸੀਰੀ ਡਾਊਨ ਹੋ ਜਾਂਦੀਆਂ ਨੇ। ਖੈਰ ਐਤਕੀ ਪੱਤੀਆਂ ਹੁਣ 150 ਕਿੱਲਾ ਵਜਾਤਾ, ਕਈ ਬੰਦੇ ਮੈਂ ਹੋਰ ਨਹੀਂ ਪੁੱਛਿਆ ਤਾਂ ਉਹ ਕਹਿੰਦੇ ਪੱਤੀਆਂ ਨੇ ਗਰਵਾਜ ਦੀਆਂ ਪੱਤੀਆਂ ਨੇ, ਇਹ ਸਿਰਫ 60-70 ਕਿੱਲੇ ਵਜਾਉਂਦੀਆਂ ਨੇ। ਬਾਕੀ ਹੋਰ ਸਾਰਾ ਕੁਝ ਲੋ ਹੁਣ ਇਹ ਲੋਡ ਜ਼ਿਆਦਾ ਲੈਂਦਾ ਏ, ਬਕੜੇ ਕਮੀਆਂ ਨੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਤੀਆਂ। ਹੋਰ ਚਲੋ ਆਪਾਂ ਅਗਲੀ ਵਾਰ ਜੇ ਕੋਈ ਕਮੀ ਆਉਂਦੀ ਤੁਹਾਨੂੰ ਹੋਰ ਵੀ ਦੱਸਦਾ ਕੱਢ ਕੇ। ਆਪਣਾ 250 ਕਿੱਲੇ ਦਾ ਜਿੰਨਾ 250 ਕਿੱਲੇ ਦੇ ਬੀਜਿਆ, 100 ਕਿੱਲੇ ਪਿੱਛੇ 150 ਕਿੱਲੇ ਐਤਕੀ ਜਿੰਨਾ ਆਪਾਂ ਇਹਨੂੰ ਚਲਾਇਆ, ਤੁਹਾਨੂੰ ਇਹ ਆਪਣੇ ਵੀਡੀਓ ਦੇ ਵਿੱਚ ਦੱਸਤਾ ਵੀ ਇਹਦੇ ਵਿੱਚ ਭਾਈ ਕੀ ਦਿੱਕਤ ਆਉਂਦੀ ਹੈ, ਕਿਵੇਂ ਦੀ ਕੰਪਨੀ ਦੀ ਸਰਵਿਸ ਆ, ਇਹ ਕਮੀਆਂ ਨੇ। ਬਾਕੀ ਆਪਾਂ ਹੋਰ ਵੀ ਤੁਹਾਨੂੰ ਕਈ ਵੀਰ ਇਹ ਜਿਹੜੇ ਆਪਣਾ ਹੋਰ ਨੇ ਮੈਨੂੰ 2-4 ਨੇ ਮਿਲੇ ਤੇ ਉਹਨਾਂ ਨਾਲ ਵੀ ਤੁਹਾਨੂੰ ਆਪਾਂ ਕਦੇ ਵੀਡੀਓ ਦੇ ਵਿੱਚ ਮਿਲਾ ਦਾਂਗੇ। ਇੱਕ ਗੱਲ ਜਿਹੜੀ ਛੋਟੀ ਜਿਹੀ ਰਹਿ ਗਈ ਤੀ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ। ਇੱਕ ਜਦੋਂ ਤੁਸੀਂ ਉੱਥੇ ਇਹਨੂੰ ਕੰਪਨੀ ਦੇ ਵਿੱਚ ਲੈ ਕੇ ਜਾਏਂਗੇ ਹੋ ਤਾਂ ਉੱਥੇ ਤੁਹਾਨੂੰ ਪਹਿਲਾਂ 50 ਬੰਦੇ ਤਾਂ ਇਹਨੂੰ ਸਵਾਲ ਜਵਾਬ ਕਰਨਗੇ। ਪਹਿਲਾਂ ਕਦੇ ਅਸੀਂ ਜਾ ਕੇ ਗਏ ਕੰਪਨੀ ਦੇ ਅੰਦਰ ਨਾ ਸਾਨੂੰ ਜਾਣ ਦੇਣ, ਅਸੀਂ ਕਹਿ ਰਹੇ ਵੀ ਅਸੀਂ ਇਲਾਕੇ ਦੇ ਬੰਦੇ ਹਾਂ, ਅਸੀਂ ਗੁਰਬਾਜ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਉਹਦਾ ਚਲੋ ਗੁਰਬਾਜ ਸਾਨੂੰ ਗੁਰਬਾਜ ਸਾਹਿਬ ਚੰਗੀ ਤਰ੍ਹਾਂ ਜਾਣਦੇ ਨੇ, ਉਹ ਆ ਗਏ ਤਾਂ ਉਹਨਾਂ ਨੇ ਸਾਨੂੰ ਕੰਪਨੀ ਦੇ ਵਿੱਚ ਅੰਦਰ ਬੁਲਾ ਲਿਆ। ਗੇਟ 'ਤੇ ਤੁਹਾਨੂੰ ਪਹਿਲਾਂ ਅੰਦਰ ਲੰਘਣ ਦਿੰਦੇ ਜੇ ਗਰੰਟੀ ਦੇ ਵਿੱਚ ਆ, ਖੈਰ ਤਾਂ ਆਪਣਾ ਨਵਾਂ ਲੇ ਹੈ ਭਾਵੇਂ ਅੰਦਰ ਲੈ ਜਾਣ, ਨਹੀਂ ਕਹੀ ਜਾਣਗੇ ਹਾਂ ਹਾਂ ਅਸੀਂ ਇਹਦਾ ਬਾਹਰੇ ਕੰਮ ਕਰਦੇ ਹਾਂ। ਦੂਜਾ ਜੇ ਤੁਹਾਨੂੰ ਅੰਦਰ ਲੈ ਗਏ ਇਹਨੂੰ ਪਹਿਲਾਂ ਆ ਕੇ ਤੁਸੀਂ ਪਹਿਲਾਂ ਪੁੱਛੇਗੇ ਵੀ ਬਾਈ ਇਹਨੂੰ ਸੈੱਟ ਕਰਦੇ ਆ ਕੇ ਦੇਖ ਕੇ ਮੁੜੀ ਜਾਣਗੇ। ਐਤਕੀ ਵੀ ਚਲੋ ਆ ਕੇ ਗੇੜੇ ਮਾਰ ਕੇ ਜਾਂਦਾ ਸੀ, ਇਹਦਾ ਗੇੜ ਵਾਸਾ ਲਵਾਉਣ ਗਏ ਹਾਂ, ਆ ਕੇ ਦੇਖ ਮੁੜੀ ਜਾਣ। ਉਹਦਾ ਕੋਲ ਸਾਡੇ ਪਿੰਡ ਦਾ ਮੁੰਡਾ ਏ, ਖੈਰ ਯਾਰ ਦੋਸਤ ਆ ਮੇਰਾ ਕੁਲਵੰਤ, ਉਹਨੇ ਵਿਚਾਰੇ ਨੇ ਉਹ ਮਿਲ ਗਿਆ ਸਾਨੂੰ, ਉਹਨੂੰ ਤਾਂ ਮੈਂ ਕਿਹਾ ਤਾਂ ਉਹਨੇ ਇਹਦਾ ਵਿਚਾਰਾ ਕੰਮ ਇਹਦਾ ਮਤਲਬ ਵਿਚਾਰੇ ਨੇ ਇਹਦਾ ਕੰਮ ਕਰਿਆ, ਨਹੀਂ ਮੈਨੂੰ ਐਂ ਲੱਗਦਾ ਵੀ ਸਾਨੂੰ ਸੁਪਰ ਸੀਡਰ ਦੂਜੇ ਦਿਨ ਲੈ ਕੇ ਆਉਣਾ ਪੈਂਦਾ, ਇੱਕ ਸਾਡੀ ਖੜ੍ਹ ਤਾਂ ਹੋਰ ਪੈਂਦੀ। ਅਤੇ ਦੂਜਾ ਜਿਹੜਾ ਆਪਣਾ ਕੰਮ ਹੋ ਗਿਆ ਤਾਂ ਤੁਹਾਨੂੰ ਬੜਾ ਕਹਿਣਗੇ ਵੀ ਪਾਸ ਲੈ ਕੇ ਆਓ, ਫਿਰ ਤੁਹਾਨੂੰ ਐਂ ਨਹੀਂ ਪਤਾ ਵੀ ਪਾਸ ਵਾਲਾ ਬੰਦਾ ਕਿੱਥੇ ਆ, ਫਿਰ ਜੇ ਤਾਂ ਤੁਹਾਨੂੰ ਮੈਂ ਤਾਂ ਉਹ ਸਵਾਲ ਜਵਾਬ ਕਰੂਗਾ, 50 ਪੇਮੈਂਟ ਜਮ੍ਹਾਂ ਕਰਾਓ, ਤੁਹਾਨੂੰ ਦੱਸਣਾ ਪਊ ਵੀ ਹਾਂ ਵੀ ਸਾਡਾ ਗਰੰਟੀ ਦੇ ਵਿੱਚ ਆ। ਬਸ ਆ ਕਿਤੇ ਉੱਥੇ 1.5 ਘੰਟਾ ਖੁਜਲੇ ਦਾ ਪਾਸ ਮਿਲਦਾ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਹਾਂ ਵੀ ਕਿਸਾਨ ਦਾ ਮੈਂ ਟਾਈਮ ਖਰਾਬ ਹੋ ਰਿਹਾ। ਬਾਕੀ ਇਹ ਵੀ ਆਪਣੀਆਂ ਕਮੀਆਂ, ਤੁਹਾਨੂੰ ਜ਼ਰੂਰ ਆਉਣਗੇ ਕੰਪਨੀਆਂ ਵਿੱਚ ਜਾਏਂਗੇ ਉਹ। ਬਾਕੀ ਮੈਂ ਗੁਰਬਾਜ ਸਾਹਿਬ ਨੂੰ ਵੀ ਜੇਕਰ ਮੇਰੀ ਵੀਡੀਓ ਉਹਨਾਂ ਤੱਕ ਪਹੁੰਚੇ ਤਾਂ ਮੈਂ ਕਹੂੰਗਾ ਵੀ ਥੋੜ੍ਹਾ ਜਿਹਾ ਗੱਲਾਂ ਪਰ ਧਿਆਨ ਦਿਓ, ਤੁਹਾਨੂੰ ਪਤਾ ਕੰਮ ਦਾ ਟਾਈਮ ਹੁੰਦਾ ਏ। ਖੈਰ ਤੁਸੀਂ ਆਪਾਂ ਤੁਹਾਡਾ ਬਹੁਤ ਸਤਿਕਾਰ ਕਰਦੇ, ਸਾਡੇ ਇਲਾਕੇ ਦੇ ਬੰਦੇ ਹੋ, ਤੁਹਾਨੂੰ ਆਪਣਾ ਮਿਹਨਤ ਕਰਕੇ ਉਹ ਤੱਕ ਪਹੁੰਚੇ ਹੋ। ਬਾਕੀ ਨਾਮ ਤੁਹਾਡਾ ਆਪਾਂ ਰੱਬ ਨੂੰ ਕਹਿੰਦੇ ਹਾਂ ਵੀ ਇਹ ਬਣਿਆ ਰਹੇ, ਕੰਮ ਤੁਹਾਡਾ ਤਰੱਕੀ ਦੇ ਵਿੱਚ ਹੋਰ ਜਾਵੇ। ਬਾਕੀ ਇਹ ਗੱਲਾਂ ਧਿਆਨ ਦਿਓ ਆਪਣੇ ਬੰਦਿਆਂ ਨੂੰ,
ਕਹਿੰਦੇ ਰੱਖੋ ਵੀ ਭਾਈ ਜੇਕਰ ਕਿਸਾਨਾਂ ਕੋਲ ਟਾਈਮ ਬਹੁਤ ਘੱਟ ਹੁੰਦਾ ਹੈ, ਉਹ ਜ਼ਰੂਰੀ ਚਾਰ ਪੈਸੇ ਬਣਾਉਣੇ ਹੁੰਦੇ ਨੇ ਬੰਦੇ ਨੇ, ਜਾਂ ਆਪਣੀ ਉਹ ਫਸਲ ਲੇਟ ਹੁੰਦੀ ਹੋਵੇ, ਟਾਈਮ ਮਿਲੇ ਤਾਂ ਬਹੁਤ ਕੀਮਤੀ ਹੁੰਦਾ ਹੈ। ਬਾਕੀ ਚਲੋ ਹੋਰ ਜੋ ਵੀ ਆਪਣਾ ਠੀਕ ਹੈ ਚੱਲ ਰਿਹਾ। ਬਾਕੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਧੰਨਵਾਦ ਜੀ।